ਖਿੱਚ ਤੂ ਦੀਆਂ ਇਹ ਤਸਵੀਰਾਂ ਕਾਂਗਰਸ ਦੀ ਰੈਲੀ ਦੇ ਬਾਹਰ ਦੀਆਂ ਨੇ। ਇਸ ਰੈਲੀ ਦੇ ਵਿੱਚ ਰਾਹੁਲ ਗਾਂਧੀ ਆਏ ਹੋਏ ਸੀ ਤਾਂ ਸਿੱਖ ਕਤਲੇਆਮ ਦੇ ਪੀੜ ਤੇ ਇੱਥੇ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ ਗਈ ਤਾਂ ਪੁਲਿਸ ਦੇ ਨਾਲ ਧੱਕਾ ਮੁੱਕੀ ਹੋ ਗਈ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਕਿਸ ਤਰੀਕੇ ਦੇ ਨਾਲ ਕਈ ਜਾਣੇ ਇੱਥੇ ਬੇਹੋਸ਼ ਹੋਏ ਨੇ, ਮਹਿਲਾਵਾਂ, ਬਜ਼ੁਰਗ, ਬੱਚੇ, ਨੌਜਵਾਨ। ਸਿੱਖ ਕਤਲੇਆਮ ਦੇ ਪੀੜਤ ਨੇ ਜੋ ਕਿ ਇਨਸਾਫ ਦੇ ਲਈ ਇੱਥੇ ਪਹੁੰਚੇ ਸੀ, ਪਰ ਪੁਲਿਸ ਦੇ ਨਾਲ ਉਹਨਾਂ ਦੀ ਧੱਕਾ ਮੁੱਕੀ ਹੋਈ। ਕਾਂਗਰਸ ਦੀ ਰੈਲੀ ਅੱਜ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਹੋਈ, ਮੁੱਲਾਪੁਰ ਦਾਖਾ ਦੇ ਵਿੱਚ, ਤਾਂ ਉੱਥੇ ਸਿੱਖ ਕਤਲੇਆਮ ਦੇ ਪੀੜਤ ਨੇ ਜਿਹੜੇ ਉਹ ਪਹੁੰਚ ਗਏ। ਰਾਹੁਲ ਗਾਂਧੀ ਦਾ ਵਿਰੋਧ ਕੀਤਾ ਗਿਆ ਤਾਂ ਪੁਲਿਸ ਦੇ ਨਾਲ ਉਹਨਾਂ ਦੀ ਧੱਕਾ ਮੁੱਕੀ ਹੋਈ ਹੈ ਤਾਂ ਜ਼ੋਰਦਾਰ ਹੰਗਾਮਾ ਕੀਤਾ ਗਿਆ। ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਦੇਖ ਸਕਦੇ ਹੋ ਪੁਲਿਸ ਵਾਲਿਆਂ ਦੇ ਵੱਲੋਂ ਹਲਕਾ ਲਾਠੀ ਚਾਰਜ ਵੀ ਕੀਤਾ ਗਿਆ ਔਰ ਰਾਹੁਲ ਗਾਂਧੀ ਦਾ ਵਿਰੋਧ ਕਰਨ ਦੇ ਲਈ ਨਾਅਰੇਬਾਜ਼ੀ ਕਰਦੇ ਹੋਏ ਇੱਥੇ ਪਹੁੰਚੇ ਸੀ। 1984 ਦੇ ਜ਼ਖ਼ਮ ਨੇ ਜਿਹੜੇ ਹਾਲੇ ਵੀ ਅੱਲੇ ਨੇ, ਇਹਨਾਂ ਦੇ ਮੁਤਾਬਿਕ ਹਾਲੇ ਇਨਸਾਫ ਨਹੀਂ ਮਿਲਿਆ। ਇਨਸਾਫ ਲੈਣ ਦੇ ਲਈ ਇਹ ਕਾਂਗਰਸ ਦੀ ਰੈਲੀ ਦੇ ਵਿੱਚ ਆਏ, ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ, ਰਾਹੁਲ ਗਾਂਧੀ ਦੇ ਖਿਲਾਫ ਇਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।